ਇਹ ਹੁੰਦਾ ਜੀ ਸੰਗਮ ਦੋ ਨਦੀਆਂ ਦਾ, ਬਾਗੀਰਥੀ ਅਤੇ ਅਲਕਨੰਦਾ ਨਦੀ ਦਾ ਇਸ ਜਗ੍ਹਾ ਸੰਗਮ ਹੁੰਦਾ ਆ। ਫਿਰ ਗੰਗਾ ਬਣਦੀ ਆ ਅੱਗੇ ਜੀ। ਇਹ ਆ ਜੀ ਦੇ ਪ੍ਰਯਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸਪ੍ਰੀਤ ਸਿੰਘ। ਮੈਂ ਪ੍ਰਿੰਸਦੀਪ ਸਿੰਘ ਜੀ। ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਪ੍ਰਿੰਸ ਪੰਜਾਬੀ ਟਰੈਵਲਰ ਤੇ ਸਵਾਗਤ ਕਰਦੇ ਹਾਂ ਜੀ। ਅਸੀਂ ਆਏ ਹੋਏ ਹਾਂ ਜੀ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਰਿਸ਼ੀਕੇਸ਼ ਵਿਖੇ ਜੀ। ਆ ਜਾਓ ਆਪਾਂ ਇਸ ਸਥਾਨ ਦੇ ਦਰਸ਼ਨ ਕਰਦੇ ਹਾਂ ਜੀ। ਕੀ ਕੁਝ ਖਾਸ ਆ ਇਸ ਸਥਾਨ ਤੇ ਜੀ? ਸੰਗਤਾਂ ਜਾਣ ਲੱਗੀਆਂ ਤੇ ਆਉਣ ਲੱਗੀਆਂ ਇਸ ਜਗ੍ਹਾ ਤੇ ਪੜਾਅ ਕਰਦੀਆਂ ਨੇ, ਕਿਸ ਤਰ੍ਹਾਂ ਦੀ ਇਹ ਰਹਿਸ਼ ਆ ਇਸ ਜਗ੍ਹਾ ਜੀ? ਪ੍ਰੋਪਰ ਪੂਰੀ ਜਾਣਕਾਰੀ ਜੀ ਅਸੀਂ ਤੁਹਾਡੇ ਨਾਲ ਇਸ ਵੀਡੀਓ 'ਚ ਸਾਂਝੀ ਕਰਾਂਗੇ ਜੀ। ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਅੰਤ ਤੱਕ ਬਣੇ ਰਹੋ ਜੀ। ਵੀਡੀਓ ਨੂੰ ਲਾਈਕ ਕਰਿਓ, ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਓ, ਕਮੈਂਟ ਦੇ ਵਿੱਚ ਵਾਹਿਗੁਰੂ ਜੀ ਲਿਖਿਓ, ਅਤੇ ਜੇਕਰ ਤੁਸੀਂ ਹਾਲੇ ਤੱਕ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ। ਆਓ ਚੱਲੀਏ ਜੀ ਵੀਡੀਓ ਦੀ ਸ਼ੁਰੂਆਤ ਕਰੀਏ। ਆਪਾਂ ਜੀ ਜਿਸ ਸਥਾਨ ਤੇ ਅੱਜ ਦਰਸ਼ਨ ਕਰਾਂਗੇ ਜੀ, ਸ਼੍ਰੀ ਹੇਮਕੁੰਟ ਸਾਹਿਬ ਰਿਸ਼ੀਕੇਸ਼ ਵਿਖੇ ਬਣਿਆ ਹੋਇਆ ਸਥਾਨ ਆ ਜੀ ਇਹ। ਜਿਹੜਾ ਇਹ ਰਸਤਾ ਆ ਇਹ ਗੋਬਿੰਦ ਘਾਟ ਸ਼੍ਰੀ ਹੇਮਕੁੰਟ ਸਾਹਿਬ ਤੋਂ ਆਉਂਦਾ ਆ ਜੀ, ਤੇ ਜਿਹੜਾ ਇਹ ਰਸਤਾ ਆ ਇਹ ਅੱਗੇ ਹਰਿਦੁਆਰ ਨੂੰ ਜਾਂਦਾ ਆ ਜੀ। ਸਾਹਮਣੇ ਪੈਟਰੋਲ ਪੰਪ ਆ ਜੀ, ਦੋ ਪੈਟਰੋਲ ਪੰਪ ਨੇ ਬਿਲਕੁਲ ਆਹਮੋ ਸਾਹਮਣੇ ਬਣੇ ਹੋਏ ਜੀ, ਤੇ ਉਹਦੇ ਬਿਲਕੁਲ ਸਾਹਮਣੇ ਬਣਿਆ ਹੋਇਆ ਜੀ ਇਹ ਸਥਾਨ ਜੀ, ਸੱਚਖੰਡ ਸ਼੍ਰੀ ਹੇਮਕੁੰਟ ਸਾਹਿਬ ਦੇ ਨਾਮ ਤੇ ਤੁਸੀਂ ਪੜ੍ਹ ਸਕਦੇ ਹੋ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਜੀ। ਆ ਜਾਓ ਆਪਾਂ ਇਸ ਸਥਾਨ ਦੇ ਦਰਸ਼ਨ ਕਰਦੇ ਹਾਂ ਜੀ। ਇਸ ਸਾਈਡ ਤੋਂ ਜੀ ਆਪਾਂ ਕੜਾਹ ਪ੍ਰਸ਼ਾਦ ਅਤੇ ਪਿੰਨੀ ਪ੍ਰਸ਼ਾਦ ਲੈ ਸਕਦੇ ਹਾਂ। ਸਾਹਮਣੇ ਅਸੀਂ ਦੇਖ ਸਕਦੇ ਹਾਂ ਜੋੜਾ ਘਰ, ਜਿੱਥੇ ਆਪਾਂ ਆਪਣਾ ਜੋੜਾ ਜਮ੍ਹਾਂ ਕਰਵਾ ਸਕਦੇ ਹਾਂ। ਆਓ ਜੀ ਸਭ ਤੋਂ ਪਹਿਲਾਂ ਆਪਾਂ ਦਰਸ਼ਨ ਕਰੀਏ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਬਹੁਤ ਸੋਹਣਾ ਇਹ ਰਸਤਾ ਇਸ ਸਥਾਨ ਉੱਪਰ ਬਣਾਇਆ ਹੋਇਆ ਜੀ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਦਸਵੇਂ ਪਾਤਸ਼ਾਹ ਨੇ ਜੀ ਜਿਸ ਜਗ੍ਹਾ ਤਪ ਕੀਤਾ ਜੀ, ਉਸ ਸਥਾਨ ਦਾ ਨਾਂ ਆ ਸੱਚਖੰਡ ਸ਼੍ਰੀ ਹੇਮਕੁੰਟ ਸਾਹਿਬ ਜੀ। ਇਸ ਸਥਾਨ ਦਾ ਨਾਂ ਵੀ ਹੇਮਕੁੰਟ ਸਾਹਿਬ ਰੱਖਿਆ ਗਿਆ ਆ ਜੀ। ਰਿਸ਼ੀਕੇਸ਼ ਸ਼ਹਿਰ ਦੇ ਵਿੱਚ ਇਹ ਸਥਾਨ ਬਣਿਆ ਹੋਇਆ ਜੀ। ਮੇਨ ਰੋਡ ਦੇ ਉੱਤੇ ਸਥਿਤ ਆ ਜੀ ਇਹ ਸਥਾਨ। ਪਿਛਲੇ ਪਾਸੇ ਲਕਸ਼ਮਣ ਝੂਲਾ ਅਤੇ ਰਾਮ ਝੂਲਾ ਜੀ ਹੈਗੇ ਨੇ ਜੀ, ਥੋੜ੍ਹੀ ਦੂਰੀ ਦੇ ਉੱਤੇ ਨੇ ਜੀ, ਅਤੇ ਉਸ ਤੋਂ ਅੱਗੇ ਆ ਕੇ ਇਹ ਸਥਾਨ ਆ ਜੀ, ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਆ ਜੀ। ਇਸ ਜਗ੍ਹਾ ਦੇ ਉੱਤੇ ਰਿਹਾਇਸ਼ ਦਾ ਬਹੁਤ ਵੱਡਾ ਪ੍ਰਬੰਧ ਆ ਜੀ, ਬਹੁਤ ਉੱਚੀਆਂ ਉੱਚੀਆਂ ਇਮਾਰਤਾਂ ਬਣੀਆਂ ਹੋਈਆਂ ਨੇ, ਰਿਹਾਇਸ਼ੀ ਕਮਰੇ ਬਣੇ ਹੋਏ ਨੇ, ਤੁਸੀਂ ਵੀਡੀਓ ਦੇ ਵਿੱਚ ਅੱਗੇ ਦੇਖੋਗੇ ਜੀ। ਅਤੇ ਕੋਈ ਵੱਡੇ ਹਾਲ ਵੀ ਬਣੇ ਹੋਏ ਨੇ, ਜੇਕਰ ਘੱਟ ਪੈਸਿਆਂ ਦੇ ਵਿੱਚ ਕੋਈ ਰਹਿਣਾ ਚਾਹੁੰਦਾ 100 ਰੁਪਏ ਦੇ ਵਿੱਚ ਹਾਲ ਮਿਲ ਜਾਂਦੇ ਨੇ, ਵੱਡੇ ਹਾਲ ਨੇ ਜੀ, ਬਹੁਤ ਪ੍ਰੋਪਰ ਪ੍ਰਬੰਧ ਨੇ ਜੀ। ਖਾਣ ਪੀਣ ਦਾ ਪ੍ਰਬੰਧ ਵੀ ਬਹੁਤ ਵਧੀਆ ਇਸ ਜਗ੍ਹਾ ਦੇ ਉੱਤੇ ਆ ਜੀ, ਲੰਗਰ ਦੇ ਪ੍ਰਬੰਧ ਕੀਤੇ ਗਏ ਨੇ ਜੀ, ਅਤੇ ਅੰਦਰ ਇੱਕ ਨਿੱਕੀ ਜੀ ਸਟਾਲ ਵੀ ਆ ਜੀ ਇਹਨਾਂ ਨੇ ਲਗਾਈ ਹੋਈ ਆ, ਅਤੇ ਉਸ ਜਗ੍ਹਾ ਤੋਂ ਵੀ ਜੇ ਕੋਈ ਸਮਾਨ ਤੁਸੀਂ ਲੈਣਾ ਹੋਵੇ ਤਾਂ ਲੈ ਸਕਦੇ ਹੋ ਜੀ।
ਬਹੁਤ ਸੋਹਣਾ ਅਤੇ ਵੱਡਾ ਅਸਥਾਨ ਆ ਜੀ। ਸੰਗਤਾਂ ਜਦੋਂ ਹੇਮਕੁੰਟ ਸਾਹਿਬ ਨੂੰ, ਸੱਚਖੰਡ ਸ਼੍ਰੀ ਹੇਮਕੁੰਟ ਸਾਹਿਬ ਨੂੰ ਜਾਂਦੀਆਂ ਨੇ ਨਾ ਜੀ, ਜਾਣ ਲੱਗੀਆਂ ਇਸ ਜਗ੍ਹਾ 'ਤੇ ਪੜਾਅ ਕਰਦੀਆਂ ਨੇ ਜਾਂ ਆਉਣ ਲੱਗੀਆਂ ਇਸ ਜਗ੍ਹਾ ਦੇ ਉੱਤੇ ਪੜਾਅ ਜ਼ਰੂਰ ਕਰਦੀਆਂ ਨੇ ਜੀ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਵੀਡੀਓ ਚੰਗੀ ਲੱਗਦੀ ਆ ਤਾਂ ਲਾਈਕ ਐਂਡ ਸ਼ੇਅਰ ਕਰਿਆ ਕਰੋ। ਆਜੋ ਆਪਾਂ ਚੱਲਦੇ ਹਾਂ ਇਸ ਸਥਾਨ ਦੇ ਦਰਸ਼ਨ ਕਰਦੇ ਹਾਂ ਜੀ। ਜੇਕਰ ਜੀ ਆਪਾਂ ਇੱਥੇ ਕਮਰੇ ਲੈਣੇ ਹੋਣ ਤਾਂ ਇੱਥੇ ਕਮਰੇ ਵੀ ਮਿਲ ਜਾਂਦੇ ਨੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ। ਅਗਰ ਤੁਸੀਂ ਕਮਰੇ ਲੈਣੇ ਨੇ ਤਾਂ ਸਾਹਮਣੇ ਰਿਹਾਇਸ਼ੀ ਪ੍ਰਵੇਸ਼, ਯਾਨੀ ਜਿਹੜੇ ਅਸੀਂ ਕਮਰੇ ਲੈਣੇ ਆ ਉਹਨਾਂ ਦੀ ਸਾਰੀ ਬੁਕਿੰਗ ਇੱਥੋਂ ਹੁੰਦੀ ਹੈ। ਆਓ ਚੱਲੀਏ ਜੀ ਅੱਗੇ। ਬਹੁਤ ਸੋਹਣਾ ਜੀ ਇਹ ਸਥਾਨ ਬਣਿਆ ਹੋਇਆ, ਬਹੁਤ ਵੱਡਾ ਸਥਾਨ ਬਣਿਆ ਹੋਇਆ ਜੀ। ਇਹ ਹੈ ਜੀ ਇੱਥੇ ਗੱਠੜੀ ਘਰ, ਜਿੱਥੇ ਆਪਾਂ ਆਪਣੇ ਕੋਈ ਵੀ ਸਮਾਨ ਜਮ੍ਹਾਂ ਕਰਵਾ ਸਕਦੇ ਹਾਂ। ਆਓ ਚੱਲੀਏ ਜੀ ਅੱਗੇ ਨੂੰ ਅਤੇ ਦੇਖਦੇ ਹਾਂ ਜੀ ਹੋਰ ਇਸ ਸਥਾਨ ਦੇ ਵਿੱਚ ਕੀ ਕੀ ਹੈ। ਵੈਸੇ ਇੱਥੇ ਰਿਹਾਇਸ਼ ਅਗਰ ਅਸੀਂ ਕਰਨੀ ਹੈ ਤਾਂ ਇੱਥੇ ਬਹੁਤ ਜ਼ਿਆਦਾ ਰਿਹਾਇਸ਼ ਲਈ ਜਗ੍ਹਾ ਬਣੀਆਂ ਹੋਈਆਂ ਨੇ, ਹਾਲ ਨੇ ਬਹੁਤ ਜ਼ਿਆਦਾ, ਰੂਮ ਵੀ ਬਹੁਤ ਜ਼ਿਆਦਾ ਨੇ, ਜਿਸ ਕਰਕੇ ਤੁਹਾਨੂੰ ਇੱਥੇ ਰਹਿਣ 'ਚ ਕੋਈ ਤਕਲੀਫ ਜਾਂ ਕੋਈ ਮੁਸ਼ਕਿਲ ਨਹੀਂ ਆਉਂਦੀ। ਇਹ ਹੈ ਜੀ ਮਾਤਾ ਖੀਵੀ ਜੀ ਲੰਗਰ ਹਾਲ, ਜਿੱਥੇ ਆਪਾਂ ਆਪਣੀ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ। ਇੱਥੇ ਹੀ ਜੋੜਾ ਘਰ ਨੰਬਰ 2 ਬਣਿਆ ਹੋਇਆ, ਜਿੱਥੇ ਆਪਾਂ ਆਪਣਾ ਜੋੜਾ ਜਮ੍ਹਾਂ ਕਰਵਾ ਸਕਦੇ ਹਾਂ ਜੀ। ਲੰਗਰ ਹਾਲ ਦੇ ਸਾਹਮਣੇ ਜੀ ਬਹੁਤ ਸੋਹਣੀ ਪਾਰਕ ਬਣਾਈ ਹੋਈ ਹੈ, ਤੁਸੀਂ ਦੇਖ ਸਕਦੇ ਹੋ, ਜਿੱਥੇ ਆਪਾਂ ਕੁਝ ਸਮਾਂ ਬੈਠ ਸਕਦੇ ਹਾਂ, ਨਾਮ ਜਪ ਸਕਦੇ ਹਾਂ, ਵਾਹਿਗੁਰੂ ਸਿਮਰਨ ਕਰ ਸਕਦੇ ਹਾਂ। ਆਓ ਹੁਣ ਆਪਾਂ ਚੱਲੀਏ ਲੰਗਰ ਹਾਲ ਦੇ ਅੰਦਰ। ਇਹ ਜੀ ਬਣਿਆ ਹੋਇਆ 4 ਸਾਹਿਬਜ਼ਾਦੇ ਨਿਵਾਸ, ਹਾਲ ਨੰਬਰ 2 ਅਤੇ ਹਾਲ ਨੰਬਰ 1 ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਉੱਪਰ। ਇਹ ਜੀ ਸਾਹਮਣੇ ਭਾਈ ਘਨੱਈਆ ਜੀ ਦਾ ਸਟੈਚੂ ਲਗਾਇਆ ਹੋਇਆ ਬਣਾ ਕੇ, ਇਸ ਵਿੱਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਉਹ ਜ਼ਖਮੀਆਂ ਦੀ ਮਰਮ ਪੱਟੀ ਕਰਦੇ ਸੀ ਅਤੇ ਪਾਣੀ ਪਿਲਾਉਂਦੇ ਸੀ। ਇੱਥੇ ਜੀ ਸਿਟਿੰਗ ਏਰੀਆ ਬਣਿਆ ਹੋਇਆ, ਤੁਸੀਂ ਦੇਖ ਸਕਦੇ ਹੋ, ਇੱਥੇ ਆਪਾਂ ਕੁਝ ਦੇਰ ਬੈਠ ਸਕਦੇ ਹਾਂ, ਗੁਰਬਾਣੀ ਸੁਣ ਸਕਦੇ ਹਾਂ। ਸਾਹਮਣੇ ਜਿੰਨੇ ਵੀ ਤੁਸੀਂ ਬਿਲਡਿੰਗਸ ਦੇਖ ਰਹੇ ਹੋ ਜ਼ਿਆਦਾਤਰ ਕਮਰੇ ਨੇ ਜਾਂ ਫਿਰ ਹਾਲ ਨੇ। ਇਹ ਹੈ ਜੀ ਭਾਈ ਸਤੀਦਾਸ ਜੀ ਨਿਵਾਸ। ਸਾਹਮਣੇ ਮੋਟਰਸਾਈਕਲ ਅਤੇ ਸਕੂਟਰਾਂ ਦੀ ਪਾਰਕਿੰਗ ਹੈ। ਇਹ ਬਣਿਆ ਹੋਇਆ ਜੀ ਹਾਲ ਨੰਬਰ 3
ਤੇ ਹੋਰ ਕਮਰੇ ਨਾਮ ਹੈ ਜੀ ਭਾਈ ਦਿਆਲਾ ਜੀ ਨਿਵਾਸ। ਸਾਹਮਣੇ ਅਸੀਂ ਦੇਖ ਸਕਦੇ ਹਾਂ ਗੁਰੂ ਨਾਨਕ ਨਿਵਾਸ ਲਿਖਿਆ ਹੋਇਆ ਅਤੇ ਇਹ ਹੈ ਸਰੋਵਰ ਸਾਹਿਬ ਇਸ ਗੁਰਦੁਆਰਾ ਸਾਹਿਬ ਦੇ ਵਿੱਚ। ਸਾਹਮਣੇ ਆਪਾਂ ਦੇਖ ਸਕਦੇ ਹਾਂ ਕਾਰਾਂ ਦੀ ਪਾਰਕਿੰਗ ਹੈ। ਇੱਥੇ ਆਪਾਂ ਆਪਣੀਆਂ ਕਾਰ ਅਤੇ ਫੋਰ ਵਹੀਕਲ ਯਾਨੀ ਉਹ ਆਪਾਂ ਖੜ੍ਹਾ ਕਰ ਸਕਦੇ ਹਾਂ। ਜਿਹੜੇ ਜੀ ਨੌਨ ਏ ਸੀ ਹਾਲ ਨੇ ਉਹਨਾਂ ਦੇ ਵਿੱਚ ਆਪਾਂ ਜਿਹੜੇ ਗੱਦੇ ਲੈਣੇ ਆ ਉਹ ਆਪਾਂ ਨੂੰ ਕੋਈ ਵੀ ਸੇਵਾ ਨਹੀਂ ਦੇਣੀ ਪੈਂਦੀ ਅਤੇ ਆਪਾਂ ਮੁਫਤ ਦੇ ਵਿੱਚ ਫ੍ਰੀ ਦੇ ਵਿੱਚ ਲੈ ਸਕਦੇ ਹਾਂ। ਅਤੇ ਜੇਕਰ ਆਪਾਂ ਏ ਸੀ ਹਾਲ ਲੈਣਾ ਹੋਵੇ ਤਾਂ ਉਹ ਹਾਲ ਨੰਬਰ 4 ਹੈ ਜੀ ਅਤੇ ਉੱਥੇ 100 ਰੁਪਏ ਪਰ ਗੱਦੇ ਦੇ ਅਕੋਰਡਿੰਗ ਤੁਹਾਨੂੰ ਚਾਰਜ ਕੀਤਾ ਜਾਂਦਾ। ਅਤੇ ਤੁਸੀਂ ਇੱਥੇ ਵੀ ਆਪਣਾ ਗੱਦਾ ਆਪਣਾ ਹਾਲ ਦੇ ਵਿੱਚ ਬੁੱਕ ਕਰ ਸਕਦੇ ਹੋ। ਇਹ ਹੈ ਜੀ ਹਾਲ ਨੰਬਰ 4 ਭਾਈ ਜੈਤਾ ਜੀ ਨਿਵਾਸ। ਜਿਹੜੀ ਵੀ ਤੁਸੀਂ ਬਿਲਡਿੰਗ ਦੇਖੋਗੇ ਉਹਦੇ ਵਿੱਚ ਇੱਕ ਹਾਲ ਹੁੰਦਾ ਜ਼ਿਆਦਾਤਰ ਅਤੇ ਨਾਲ ਦੀ ਨਾਲ ਕਮਰੇ ਹੁੰਦੇ ਨੇ ਜੀ। ਸਾਹਮਣੇ ਤੁਸੀਂ ਦੇਖ ਸਕਦੇ ਹੋ ਭਾਈ ਲੱਖੀ ਸ਼ਾਹ ਵਣਜਾਰਾ ਨਿਵਾਸ। ਹਾਲ ਦੇ ਵਿੱਚ ਹੀ ਤੁਹਾਨੂੰ ਲਿਫਟ ਦੀ ਫੈਸਿਲਿਟੀ ਵੀ ਮਿਲਦੀ ਹੈ ਜਿਸ ਨਾਲ ਆਉਣਾ ਜਾਣਾ ਕਾਫੀ ਸੌਖਾ ਹੋ ਜਾਂਦਾ ਹੈ। ਪੌੜੀਆਂ ਤਾਂ ਹਰੇਕ ਹਾਲ ਦੇ ਵਿੱਚ ਹੈਗੀਆਂ ਨੇ ਜੀ। ਇੱਕ ਹਾਲ ਤੇ ਤੁਹਾਨੂੰ ਦਿਖਾਉਂਦੇ ਹਾਂ ਏ ਸੀ ਹਾਲ ਹੈ ਜੀ ਹਾਲ ਨੰਬਰ 4 ਦੇ ਵਿੱਚ। ਗੁਰਦੁਆਰਾ ਸਾਹਿਬ ਦੇ ਵਿੱਚ ਹੀ ਇੱਕ ਸਾਈਡ ਸ਼ੋਪ ਵੀ ਬਣੀ ਹੋਈ ਹੈ ਜਿੱਥੋਂ ਆਪਾਂ ਕੋਈ ਖਾਣ ਪੀਣ ਦੀ ਵਸਤੂ ਲੈਣੀ ਹੋਵੇ ਲੈ ਸਕਦੇ ਹਾਂ। ਸਭ ਨੇ ਮਿਲ ਕੇ ਜੀ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਰਿਸ਼ੀਕੇਸ਼ ਵਿਖੇ ਦੇ ਦਰਸ਼ਨ ਕਰ ਲਏ ਹਨ। ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰਿਓ ਵੱਧ ਤੋਂ ਵੱਧ ਇਸਨੂੰ ਸ਼ੇਅਰ ਕਰਿਓ ਚੈਨਲ 'ਤੇ। ਜੇਕਰ ਤੁਸੀਂ ਨਵੇਂ ਹੋ ਅਤੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ। ਹੁਣ ਆਪਾਂ ਮਿਲਾਂਗੇ ਨਵੇਂ ਸਥਾਨ 'ਤੇ ਨਵੀਂ ਵੀਡੀਓ ਨਾਲ। ਤਦ ਤੱਕ ਲਈ ਜੀ ਸਾਰੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।